ਸੜਕ ਤੇ ਡਿੱਗਿਆ ਟਰਾਂਸਫਾਰਮਰ ਜੋ ਬਿਜਲੀ ਵਾਲਿਆਂ ਦੀਆਂ ਉਡੀਕਾਂ ਕਰਦਾ ਕਰਦਾ ਹਿੰਮਤ ਹਾਰ ਗਿਆ। ਦੱਸਦੀ ਹੈ ਕਿ ਕਈ ਵਾਰ ਇੱਥੋਂ ਦੇ ਲੋਕਾਂ ਨੇ ਬਿਜਲੀ ਵਿਭਾਗ ਨੂੰ ਜਾਣਕਾਰੀ ਦਿੱਤੀ ਤਾਂ ਕਿਸੇ ਨੇ ਵੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਅੱਜ ਅਚਾਨਕ ਸੜਕ ਦੇ ਕਿਨਾਰੇ ਤੇ ਖੜਾ ਇਹ ਟਰਾਂਸਫਾਰਮਰ ਖੰਭਿਆਂ ਸਣੇ ਡਿੱਗ ਪਿਆ। ਗਣੀ ਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਵੱਡਾ ਹਾਦਸਾ ਇੱਥੇ ਹੋ ਜਾਣਾ ਸੀ ਜਿਸ ਤਰੀਕੇ ਦੇ ਨਾਲ ਇਹ ਟਰਾਂਸਫਾਰਮਰ ਇੱਥੇ ਡਿੱਗਿਆ ਪਿਆ। ਤਸਵੀਰਾਂ ਅੰਮ੍ਰਿਤਸਰ ਦੇ ਨਿਊ ਨਹਿਰੂ ਕਲੋਨੀ ਦੀਆਂ ਨੇ। ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਥੋਂ ਦੇ ਲੋਕਾਂ ਨੇ ਬਿਜਲੀ ਵਾਲਿਆਂ ਨੂੰ ਕਈ ਵਾਰ ਜਾਣਕਾਰੀ ਦਿੱਤੀ ਕਿ ਇਹ ਪੋਲ ਖੰਭੇ ਕਿਸੇ ਵੇਲੇ ਵੀ ਡਿੱਗ ਸਕਦੇ ਨੇ, ਪਰ ਬਿਜਲੀ ਮਹਿਕਮੇ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੀ ਬੱਤੀ ਗੁੱਲ ਹੋ ਗਈ। ਹੁਣ ਕਿਤੇ ਜਾ ਕੇ ਬਿਜਲੀ ਵਾਲੇ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਟਰਾਂਸਫਾਰਮਰ ਨੂੰ ਸੈੱਟ ਕੀਤਾ ਜਾ ਰਿਹਾ। ਕੀ ਕਿਹਾ ਇੱਥੋਂ ਦੇ ਲੋਕਾਂ ਨੇ, ਤੁਸੀਂ ਵੀ ਸੁਣੋ। ਭਾਈ ਇਹ ਸਵੇਰੇ ਤੜਕੇ ਅੱਜ 8 ਵਜੇ ਨਾਲ ਟਰਾਂਸਫਾਰਮਰ ਥੱਲੇ ਡਿੱਗਾ, ਇਹ ਬੜਾ ਨੁਕਸਾਨ ਹੋਣ ਦਾ ਡਰ ਸੀ। ਇਹਨਾਂ ਨੂੰ ਬੜੀ ਵਾਰ ਕੰਪਲੇਨਾਂ ਵੀ ਕੀਤੀਆਂ, ਸਾਰੀ ਲਾਪਰਵਾਹੀ ਇਹਨਾਂ ਬੱਤੀ ਵਾਲਿਆਂ ਦੀ ਹੈ। ਇਹ ਨਾ ਕੋਈ ਕਾਰਵਾਈ ਕਰਦੇ, ਆਪ ਕੋਲ ਆਪਣੀ ਤਾਰ ਹੈ, ਸਾਰੀ ਲੋਕਾਂ ਦੇ ਕੋਠਿਆਂ ਦੇ ਉੱਤੇ ਤਾਰਾਂ ਲੱਗੀਆਂ ਨੇ। ਬਹੁਤ ਬੁਰਾ ਹਾਲ ਹੈ, ਬਿਲਕੁਲ ਕੋਈ ਸੁਣਵਾਈ ਨਹੀਂ ਕਰਦੇ, ਕੰਪਲੇਨਾਂ ਵੀ ਦੇ ਕੇ ਆਉਂਦੇ ਹਾਂ ਅਤੇ ਕੋਈ ਸੁਣਦੇ ਕਹਿੰਦੇ ਨਹੀਂ ਸਾਡੀ। ਹਾਂਜੀ ਬਿਲਕੁਲ, ਸਾਡੀ ਨਾਲ ਦੁਕਾਨ ਹੈ, ਅੱਜ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਸੀ, ਬੜੀ ਮੁਸ਼ਕਿਲ ਕੋਈ ਹੈਗਾ ਨਹੀਂ ਵੀ ਪੰਜ ਚਾਹ ਹੋ ਗਿਆ, ਨਹੀਂ ਤਾਂ ਇੱਥੇ ਕੋਈ ਨਾ ਕੋਈ ਬੜਾ ਵੱਡਾ ਹਾਦਸਾ ਹੋ ਜਾਣਾ ਸੀ। ਬੱਤੀ ਜਾਏ, ਇਹ ਕੋਈ ਲਾਪਰਵਾਹੀ ਇਹਨਾਂ ਦੀ ਬੜੀ ਹੈ ਜੀ, ਇਹਨਾਂ ਨੂੰ ਬੜੀਆਂ ਕੰਪਲੇਨਾਂ ਕੀਤੀਆਂ, ਇਹ ਸਾਡੀ ਸੁਣਦੇ ਕਹਿੰਦੇ ਨਹੀਂ ਕੋਈ ਵੀ। ਅੱਜ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਸੀ, ਬੜਾ ਟਰਾਂਸਫਾਰਮ ਡਿੱਗ ਪਿਆ, ਵੇਖੋ ਖੰਭੇ ਵੀ ਸਾਰੇ ਡਿੱਗ ਪਏ ਨੇ। ਅਸਿਸਟੈਂਟ ਲਾਈਨਮੈਨ ਇਸ ਇਲਾਕੇ ਦਾ ਜੀ। ਅੱਛਾ, ਕੀ ਹੋਇਆ ਭਾਜੀ ਇੱਥੇ? ਸਰ ਮੈਨੂੰ ਸਵੇਰੇ ਕੋਈ ਨੀਅਰ ਅਬਾਊਟ 8:30 ਵਜੇ ਕਾਲ ਆਈ ਕੰਪਲੇਂਟ ਸੈਂਟਰ ਤੋਂ ਜੀ, ਵੀ ਜਗਦੰਬੇ ਕਲੋਨੀ ਫੀਡਰ 'ਚ ਬੱਤੀ ਬੰਦ ਹੋਈ, ਤੁਸੀਂ ਜਾ ਕੇ ਮੌਕਾ ਚੈੱਕ ਕਰੋ। ਜਦੋਂ ਮੈਂ ਸਰ ਇੱਥੇ ਆਇਆ ਤਾਂ ਇੱਥੇ ਆਣ ਕੇ ਦੇਖਿਆ ਵੀ ਇਹ ਹਾਦਸਾ ਹੋਇਆ ਪਿਆ ਇੱਥੇ, ਮਤਲਬ ਕਿ ਪੋਲ ਡਿੱਗਾ ਪਿਆ, ਪਲੇਟਫਾਰਮ ਡਿੱਗਾ ਪਿਆ। ਇੱਥੇ ਪਬਲਿਕ ਖਲੋਤੀ ਸੀ, ਮੈਂ ਬੰਦਿਆਂ ਨੂੰ ਪੁੱਛਿਆ ਮੈਂ ਜੀ ਵੀਰ ਜੀ ਕੀ ਪ੍ਰੋਬਲਮ ਹੋਈ ਆ ਜੀ, ਮੈਨੂੰ ਕੁਛ ਬੰਦਿਆਂ ਨੇ ਕਿਹਾ ਵੀ ਆਪੇ ਡਿੱਗ ਗਿਆ, ਕੁਛ ਬੰਦੇ ਕਹਿੰਦੇ ਆ ਵੀ ਇਹ ਧੁੰਦ ਬੜੀ ਸੀ, ਕੋਈ ਗੱਡੀ ਬੈਕ ਕਰ ਲਾਂਗਾ ਪੈਪ ਨਾਲ ਗਈ ਉਹ ਡਿੱਗ ਗਿਆ। ਹੁਣ ਅਸੀਂ ਇਨਕੁਆਇਰੀ ਕਰਦੇ ਪਏ ਆਪਣੇ ਤੌਰ 'ਤੇ ਵੀ ਕਿਸ ਗੱਲ 'ਚ ਸੱਚਾਈ ਆ। ਹਾਂਜੀ ਇਹ ਬਾਕੀ ਇਸ ਜਈ ਇਸ ਏਰੀਏ ਦੇ ਜੀ ਸਰਦਾਰ ਮਨਜੀਤ ਸਿੰਘ ਦੇ। ਹਾਂਜੀ ਹਾਂਜੀ, ਸਵੇਰੇ ਆਏ ਸੀ ਜੀ, ਮੌਕਾ ਦੇ ਗਏ ਆ, ਬਾਕੀ ਸਾਡੇ ਸੀਨੀਅਰ ਅਧਿਕਾਰੀਆਂ ਨੂੰ ਉਹਨਾਂ ਨੇ ਸੂਚਿਤ ਕਰਤਾ ਆ, ਸਾਡੇ SDO ਸਾਹਿਬ, ਸਾਡੇ ਐਕਸ਼ਨ ਸਾਹਿਬ ਨੂੰ ਸੂਚਿਤ ਕਰਤਾ, ਬਾਕੀ ਅਗਲੀ ਕਾਰਵਾਈ ਜਿਹੜੀ ਆ ਵੀ ਇਹਦੀ ਇਨਕੁਆਇਰੀ ਕਰਨੀ ਆ, ਕਿੱਦਾਂ ਕਰਨੀ ਆ, ਕੀ ਚੱਕਰ ਹੈ ਇਹਦੇ ਬਾਰੇ ਵੀਰ ਜੀ। ਵੇਖੋ ਇਹ ਤੁਹਾਨੂੰ ਜਿਹੜਾ ਸਾਡੇ ਏਰੀਏ ਦਾ ਜਈ ਸਾਹਿਬ ਹੈ ਨਾ, ਉਹ ਇਹਦੇ ਬਾਰੇ ਤੁਹਾਨੂੰ ਪ੍ਰੋਪਰ ਦੱਸ ਸਕਦੇ ਹੋ ਚੰਗੀ ਤਰ੍ਹਾਂ। ਇਹ ਸਰ ਇਹਦਾ ਪ੍ਰੋਸੈਸ ਹੈ, ਦੇਖੋ ਜੀ ਇਹ ਪੋਲ ਸਾਰੇ ਦਬਾ ਦੇ, ਟੋਟਲੀ ਨਵੇਂ ਲੱਗਣੇ ਆ, ਟਰਾਂਸਫਾਰਮਰ ਬਿਲਕੁਲ ਵੇਖੋ ਜੀ ਥੱਲੇ ਅਮਾਰੋ ਉਹਦੇ ਬਿਲਕੁਲ ਸਾਰੇ ਟੁੱਟ ਗਏ, ਉਹ ਡੈਮੇਜ ਹੋ ਗਿਆ ਟੋਟਲ, ਇਹ ਸਾਰਾ ਚੀਜ਼ ਸਾਰਾ ਸਟਰਕਚਰ ਜਿਹੜਾ ਨਵਾਂ ਬਣੂਗਾ ਜੀ। ਇਹਨੂੰ ਆਪਾਂ ਆਈਡੀਆ ਰੱਬ ਜੇ ਲਈ ਆਈ ਸ਼ਾਮੀ 4-5 ਵਜੇ ਤੱਕ ਆਪਾਂ ਸਪਲਾਈ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੜਕ ਤੇ ਡਿੱਗਿਆ ਟਰਾਂਸਫਾਰਮਰ ਜੋ ਬਿਜਲੀ ਵਾਲਿਆਂ ਦੀਆਂ ਉਡੀਕਾਂ ਕਰਦਾ ਕਰਦਾ ਹਿੰਮਤ ਹਾਰ ਗਿਆ। ਦੱਸਦੀ ਹੈ ਕਿ ਕਈ ਵਾਰ ਇੱਥੋਂ ਦੇ ਲੋਕਾਂ ਨੇ ਬਿਜਲੀ ਵਿਭਾਗ ਨੂੰ ਜਾਣਕਾਰੀ ਦਿੱਤੀ ਤਾਂ ਕਿਸੇ ਨੇ ਵੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਅੱਜ ਅਚਾਨਕ ਸੜਕ ਦੇ ਕਿਨਾਰੇ ਤੇ ਖੜਾ ਇਹ ਟਰਾਂਸਫਾਰਮਰ ਖੰਭਿਆਂ ਸਣੇ ਡਿੱਗ ਪਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਵੱਡਾ ਹਾਦਸਾ ਇੱਥੇ ਹੋ ਜਾਣਾ ਸੀ ਜਿਸ ਤਰੀਕੇ ਦੇ ਨਾਲ ਇਹ ਟਰਾਂਸਫਾਰਮਰ ਇੱਥੇ ਡਿੱਗਿਆ ਪਿਆ। ਤਸਵੀਰਾਂ ਅੰਮ੍ਰਿਤਸਰ ਦੇ ਨਿਊ ਨਹਿਰੂ ਕਲੋਨੀ ਦੀਆਂ ਨੇ। ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਥੋਂ ਦੇ ਲੋਕਾਂ ਨੇ ਬਿਜਲੀ ਵਾਲਿਆਂ ਨੂੰ ਕਈ ਵਾਰ ਜਾਣਕਾਰੀ ਦਿੱਤੀ ਕਿ ਇਹ ਪੋਲ ਖੰਭੇ ਕਿਸੇ ਵੇਲੇ ਵੀ ਡਿੱਗ ਸਕਦੇ ਨੇ, ਪਰ ਬਿਜਲੀ ਮਹਿਕਮੇ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੀ ਬੱਤੀ ਗੁੱਲ ਹੋ ਗਈ। ਹੁਣ ਕਿਤੇ ਜਾ ਕੇ ਬਿਜਲੀ ਵਾਲੇ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਟਰਾਂਸਫਾਰਮਰ ਨੂੰ ਸੈੱਟ ਕੀਤਾ ਜਾ ਰਿਹਾ।
ਕੀ ਕਿਹਾ ਇੱਥੋਂ ਦੇ ਲੋਕਾਂ ਨੇ, ਤੁਸੀਂ ਵੀ ਸੁਣੋ। ਭਾਈ ਇਹ ਸਵੇਰੇ ਤੜਕੇ ਅੱਜ 8 ਵਜੇ ਨਾਲ ਟਰਾਂਸਫਾਰਮ ਥੱਲੇ ਡਿੱਗਾ, ਇਹ ਬੜਾ ਨੁਕਸਾਨ ਹੁੰਦਾ ਡਰ ਸੀ। ਇਹਨਾਂ ਨੂੰ ਬੜੀ ਵਾਰ ਕੰਪਲੇਨਾਂ ਵੀ ਕੀਤੀਆਂ, ਸਾਰੀ ਲਾਪਰਵਾਹੀ ਇਹਨਾਂ ਬੱਤੀ ਵਾਲਿਆਂ ਦੀ ਹੈ। ਇਹ ਨਾ ਕੋਈ ਕਾਰਵਾਈ ਕਰਦੇ, ਆਪਣੇ ਕੋਲ ਤਾਰ ਹੈ ਸਾਰੀ ਲੋਕਾਂ ਦੇ ਕੋਠਿਆਂ ਦੇ ਉੱਤੇ ਤਾਰਾਂ ਲੱਗੀਆਂ ਨੇ, ਅਤੇ ਬਹੁਤ ਬੁਰਾ ਹਾਲ ਇਹ, ਬਿਲਕੁਲ ਕੋਈ ਸੁਣਵਾਈ ਨਹੀਂ ਕਰਦੇ, ਕੰਪਲੇਨਾਂ ਵੀ ਦੇ ਕੇ ਆਉਂਦੇ ਹਾਂ, ਇਹ ਕੋਈ ਸੁਣਦੇ ਕਹਿੰਦੇ ਨਹੀਂ ਸਾਡੀ। ਹਾਂਜੀ ਬਿਲਕੁਲ, ਸਾਡੀ ਨਾਲ ਦੁਕਾਨ ਹੈ, ਅੱਜ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਸੀ, ਬੜੀ ਮੁਸ਼ਕਿਲ, ਕੋਈ ਹੈਗਾ ਨਹੀਂ ਵੀ ਬਚ ਚਾਹ ਹੋ ਗਿਆ, ਨਹੀਂ ਤਾਂ ਇੱਥੇ ਕੋਈ ਨਾ ਕੋਈ ਬੜਾ ਵੱਡਾ ਹਾਦਸਾ ਹੋ ਜਾਣਾ ਸੀ। ਬੱਤੀ ਜਾਏ, ਇਹ ਕੋਈ ਲਾਪਰਵਾਹੀ ਇਹਨਾਂ ਦੀ ਬੜੀ ਹੈ ਜੀ, ਇਹਨਾਂ ਨੂੰ ਬੜੀਆਂ ਕੰਪਲੇਨਾਂ ਕੀਤੀਆਂ, ਇਹ ਸਾਡੀ ਸੁਣਦੇ ਕਹਿੰਦੇ ਨਹੀਂ ਕੋਈ ਵੀ। ਅੱਜ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਡਰ ਸੀ ਬੜਾ, ਟਰਾਂਸਫਾਰਮ ਡਿੱਗ ਪਿਆ, ਵੇਖੋ ਖੰਭੇ ਵੀ ਸਾਰੇ ਡਿੱਗ ਪਏ ਨੇ। ਅਸਿਸਟੈਂਟ ਲਾਈਨਮੈਨ ਇਸ ਇਲਾਕੇ ਦਾ ਜੀ। ਅੱਛਾ ਕੀ ਹੋਇਆ ਭਾਜੀ ਇੱਥੇ? ਸਰ ਮੈਨੂੰ ਸਵੇਰੇ ਕੋਈ ਨੀਅਰ ਅਬਾਊਟ 8:30 ਵਜੇ ਕਾਲ ਆਈ ਕੰਪਲੇਂਟ ਸੈਂਟਰ ਤੋਂ ਜੀ, ਵੀ ਜਗਦੰਬੇ ਕਲੋਨੀ ਫੀਡਰ 'ਚ ਬੱਤੀ ਬੰਦ ਹੋਈ, ਤੁਸੀਂ ਜਾ ਕੇ ਮੌਕਾ ਚੈੱਕ ਕਰੋ। ਜਦੋਂ ਮੈਂ ਸਰ ਇੱਥੇ ਆਇਆ ਤਾਂ ਇੱਥੇ ਆਣ ਕੇ ਦੇਖਿਆ ਵੀ ਇਹ ਹਾਦਸਾ ਹੋਇਆ ਪਿਆ ਇੱਥੇ, ਮਤਲਬ ਕਿ ਪੋਲ ਡਿੱਗਾ ਪਿਆ, ਟਰਾਂਸਫਾਰਮ ਡਿੱਗਾ ਪਿਆ, ਇੱਥੇ ਪਬਲਿਕ ਲੋਟੀ ਸੀ। ਮੈਂ ਬੰਦਿਆਂ ਨੂੰ ਪੁੱਛਿਆ, ਮੈਂ ਜੀ ਵੀਰ ਜੀ ਕੀ ਪ੍ਰੋਬਲਮ ਹੋਈ ਆ ਜੀ? ਮੈਨੂੰ ਕੁਛ ਬੰਦਿਆਂ ਨੇ ਕਿਹਾ ਵੀ ਆਪੇ ਡਿੱਗ ਗਿਆ, ਕੁਛ ਬੰਦੇ ਕਹਿੰਦੇ ਆ ਵੀ ਇਹ ਧੁੰਦ ਬੜੀ ਸੀ, ਕੋਈ ਗੱਡੀ ਬੈਕ ਕਰ ਲਾਂਗਾ, ਪੈਪ ਨਾਲ ਗਈ, ਉਹ ਡਿੱਗ ਗਿਆ। ਹੁਣ ਅਸੀਂ ਇਨਕੁਆਇਰੀ ਕਰਦੇ ਪਏ ਆਪਣੇ ਤੌਰ 'ਤੇ ਵੀ ਕਿਸ ਗੱਲ 'ਚ ਸੱਚਾਈ ਆ। ਹਾਂਜੀ ਇਹ ਬਾਕੀ ਇਸ ਏਰੀਏ ਦੇ ਜੀ ਸਰਦਾਰ ਮਨਜੀਤ ਸਿੰਘ ਜੀ। ਹਾਂਜੀ ਹਾਂਜੀ, ਸਵੇਰੇ ਆਏ ਸੀ ਜੀ, ਮੌਕਾ ਦੇ ਗਏ ਆ, ਬਾਕੀ ਸਾਡੇ ਸੀਨੀਅਰ ਅਧਿਕਾਰੀਆਂ ਨੂੰ ਉਹਨਾਂ ਨੇ ਸੂਚਿਤ ਕਰਤਾ ਆ, ਸਾਡੇ SDO ਸਾਹਿਬ, ਸਾਡੇ ਐਕਸ਼ਨ ਸਾਹਿਬ ਨੂੰ ਸੂਚਿਤ ਕਰਤਾ, ਬਾਕੀ ਅਗਲੀ ਕਾਰਵਾਈ ਜਿਹੜੀ ਆ ਵੀ ਇਹਦੀ ਇਨਕੁਆਇਰੀ ਕਰਨੀ ਆ, ਕਿੱਦਾਂ ਕਰਨੀ ਆ, ਕੀ ਚੱਕਰ ਹੈ ਇਹਦੇ ਬਾਰੇ ਵੀਰ ਜੀ, ਵੇਖੋ ਇਹ ਤੁਹਾਨੂੰ ਜਿਹੜਾ ਸਾਡੇ ਏਰੀਏ ਦਾ ਜੇਈ ਸਾਹਿਬ ਹੈ ਨਾ, ਉਹ ਇਹਦੇ ਬਾਰੇ ਤੁਹਾਨੂੰ ਪ੍ਰੋਪਰ ਦੱਸ ਸਕਦੇ ਹੋ ਚੰਗੀ ਤਰ੍ਹਾਂ। ਇਹ ਸਰ ਇਹਦਾ ਪ੍ਰੋਸੈਸ ਹੈ, ਦੇਖੋ ਜੀ ਇਹ ਪੋਲ ਸਾਰੇ ਦਬਾ ਦੇ, ਟੋਟਲੀ ਨਵੇਂ ਲੱਗਣੇ ਆ, ਟਰਾਂਸਫਾਰਮਰ ਬਿਲਕੁਲ ਵੇਖੋ ਜੀ ਥੱਲੇ ਅਮਾਰੋ ਦੇ ਬਿਲਕੁਲ ਸਾਰੇ ਟੁੱਟ ਗਏ, ਉਹ ਡੈਮੇਜ ਹੋ ਗਿਆ ਟੋਟਲ, ਇਹ ਸਾਰਾ ਚੀਜ਼ ਸਾਰਾ ਸਟਰਕਚਰ ਜਿਹੜਾ ਨਵਾਂ ਬਣੂਗਾ ਜੀ। ਇਹਨੂੰ ਆਪਾਂ ਆਈਡੀਆ ਰੱਬ ਜਿਹੜਾ ਸ਼ਾਮੀ 4 ਤੋਂ 5 ਵਜੇ ਤੱਕ ਆਪਾਂ ਸਪਲਾਈ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।